ਥਾਣਾ ਸਿਟੀ ਸਾਊਥ ਦੀ ਪੁਲਿਸ ਵੱਲੋਂ ਬੀਤੇ ਦਿਨੀ ਪਿੰਡ ਸਲੀਣਾ ਅਤੇ ਮੋਗਾ ਦੇ ਰਹਿਣ ਵਾਲੇ ਕੁਝ ਯੁਵਕਾਂ 'ਤੇ ਮਾਰਕੁੱਟ ਅਤੇ ਗੱਡੀ ਨਾਲ ਤੋੜਪਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਰ ਇਹਨਾਂ ਯੁਵਕਾਂ ਵੱਲੋਂ ਆਪਣੇ ਆਪ ਨੂੰ ਬੇਗੁਨਾਹ ਦੱਸਦੇ ਹੋਏ ਅੱਜ ਪਰਿਵਾਰ ਅਤੇ ਮੁਹੱਲਾ ਵਾਸੀਆਂ ਨਾਲ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਕੁੱਟਮਾਰ ਉਹਨਾਂ ਵੱਲੋਂ ਨਹੀਂ ਬਲਕਿ ਵਿਧਾਇਕ ਦੇ ਨਜ਼ਦੀਕੀਆਂ ਵੱਲੋਂ ਉਹਨਾਂ ਦੇ ਨਾਲ ਕੀਤੀ ਗਈ ਸੀ, ਪਰ ਪੁਲਿਸ ਨੇ ਉਲਟ ਉਹਨਾਂ 'ਤੇ ਹੀ ਮਾਮਲਾ ਦਰਜ ਕਰ ਦਿੱਤਾ। ਇਸ ਦੇ ਰੋਸ ਵਜੋਂ ਉਹਨਾਂ ਨੇ ਥਾਣੇ ਦੇ ਬਾਹਰ ਰੋਸ ਜਤਾਇਆ ਹੈ, ਪਰ ਮਸਲਾ ਹੱਲ ਹੁੰਦਾ ਨਾ ਵੇਖਦੇ ਹੋਏ ਗੁੱਸੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਮੋਗਾ ਦੇ ਜੋਗਿੰਦਰ ਸਿੰਘ ਚੌਂਕ ਵਿੱਚ ਨਾਅਰੇਬਾਜ਼ੀ ਕੀਤੀ, ਜਿੱਥੇ ਮੌਕੇ 'ਤੇ ਪੁੱਜੇ DSP ਨੇ ਉਹਨਾਂ ਨੂੰ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਵਾਇਆ ਤਾਂ ਜਾ ਕੇ ਉਹਨਾਂ ਨੇ ਆਪਣਾ ਰੋਸ ਖਤਮ ਕੀਤਾ। ਰਣਜੀਤ ਸਿੰਘ ਕਿੱਥੋਂ ਦਾ ਰਹਿਣ ਵਾਲਾ? ਸਲੀਣੇ ਦਾ। ਅੱਜ ਥਾਣੇ ਮੂਹਰੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੈਗੇ, ਉਹ ਗੱਡੀ ਵੀ ਇੱਕ ਟੁੱਟੀ ਹੋਈ ਖੜੀ ਹੈਗੀ, ਤੁਸੀਂ ਲਿਆਂਦੀ ਹੈ ਨਾਲ, ਕੀ ਹੈ ਪੂਰਾ ਮਾਮਲਾ? ਮੈਂ ਸ਼ੁੱਕਰਵਾਰ ਦੀ ਰਾਤ ਨੂੰ 9:30 ਦੇ ਕਰੀਬ ਗੱਡੀ ਵਾਪਸ ਕਰਨ ਆ ਰਿਹਾ ਸੀ। ਮੇਰੇ ਦੋਸਤ ਦੀ ਗੱਡੀ ਸੀ ਅਤੇ ਕੁਝ ਸਾਡੇ ਪਿੰਡ ਦੇ ਕਾਲਗੀ ਵਾਲੇ ਦਾ ਸਰਪੰਚ ਜਗਵੀਰ ਸਿੰਘ, MLA ਦਾ ਭਾਂਜਾ ਜੋ ਕਿ ਦੱਸਦਾ ਵਾ, ਮੈਂ ਪਿੰਡ ਤੋਂ ਜਦੋਂ ਤੁਰਿਆ ਉਹਨਾਂ ਨੇ ਮੇਰੇ ਪਿੱਛੇ ਗੱਡੀਆਂ ਲਾ ਲਈਆਂ, ਨੋਵਾ ਅਤੇ ਸਕੋਰਪੀਓ। ਜਦ ਮੈਂ ਇਹਨਾਂ ਦੀ ਬਸਤੀ ਵੱਲ ਨੂੰ ਐਂਟਰ ਹੋਇਆ ਤਾਂ ਉਹਨਾਂ ਨੇ ਨੋਵਾ ਮੇਰੇ ਅੱਗੇ ਲਾ ਕੇ ਅਤੇ ਸਕੋਰਪੀਓ ਪਿੱਛੇ ਲਾ ਕੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਗੱਡੀ 'ਚੋਂ ਨਿਕਲ ਕੇ ਪਾਸੇ ਨੂੰ ਭੱਜ ਤੁਰਿਆ ਅਤੇ ਉਹਨਾਂ ਨੇ ਫਾਇਰਿੰਗ ਕੀਤੀ ਮੇਰੇ ਪਿੱਛੇ। ਕਿੰਨੇ ਬੰਦੇ ਸੀ ਉਹ? ਕਿਹੜੀ ਗੱਡੀ ਗੱਡੀ ਜਿਹੜੀ ਸੀਗੀ ਅਤੇ ਤੁਸੀਂ ਕਿਹੜੀ ਗੱਡੀ ਸੀਗੇ? ਮੈਂ ਵਰਨਾ ਸੀਗਾ, ਉਹਨਾਂ ਕੋਲ ਸਕੋਰਪੀਓ ਸੀ PB 12 EF 1, ਨੋਵਾ ਸੀ PB 30 0352। ਕਿੰਨੇ ਕੁ ਬੰਦੇ ਸੀਗੇ? ਉਹ 20-25 ਜਾਣੇ ਸੀਗੇ। ਕੀ ਵਜ੍ਹਾ ਰੰਜਿਸ਼ ਕੀ ਹੈਗੀ ਆ? ਵਜ੍ਹਾ ਰੰਜਿਸ਼ ਕੀ, ਉਹ ਸਾਡੇ ਤੋਂ ਧੱਕੇ ਨਾਲ ਚਿੱਟਾ ਵਿਕਾਉਂਦਾ ਸੀ, ਦਾਰੂ ਦਾ ਕੰਮ ਕਰਵਾਉਣਾ ਚਾਹੁੰਦਾ ਸੀ ਅਤੇ ਉਹਦਾ ਕਿ ਮੇਰਾ ਕੰਮ ਕਰੋ, ਅਸੀਂ ਉਸਨੂੰ ਜਵਾਬ ਦਿੱਤਾ ਨਹੀਂ ਕਰਨਾ ਅਤੇ ਉਹ ਇਸ ਕਾਰਨ ਸਾਡੇ ਨਾਲ ਧੱਕਾ ਕਰ ਰਿਹਾ ਵਾ। 2 ਗੱਡੀਆਂ ਸਾਡੀਆਂ ਪਹਿਲਾਂ ਨੱਪੀ ਬੈਠਾ ਵਾ, ਉਹ ਗੱਡੀਆਂ ਵਾਪਸ ਨਹੀਂ ਦੇ ਰਿਹਾ। ਉਹਨਾਂ ਦਾ ਜੋ ਕਰਨਾ ਤੁਸੀਂ ਕਰ ਲਓ, ਮੈਂ MLA ਦਾ ਭਾਂਜਾ ਵਾਂ, ਮੇਰਾ ਕੋਈ ਪੁੱਛ ਨਹੀਂ ਕਰ ਸਕਦਾ। ਤੁਸੀਂ ਕਰਦੇ ਕੀ ਹੋ? ਅਸੀਂ ਮੈਂ ਸਟੱਡੀ ਕਰਦਾ ਜੀ। ਕਿੰਨੇ ਜਿਹੜੇ ਹੈਗੇ ਮੁੰਡੇ ਜਿਹੜੇ ਤੁਹਾਡੇ ਨਾਲ ਦੇ ਹੈਗੇ ਜਿਨ੍ਹਾਂ 'ਤੇ ਉਹ ਜ਼ੋਰ ਪਾਉਂਦੇ ਕਿ ਗਲਤ ਕੰਮ ਕਰਨ ਲਈ? ਇੱਕ ਮੇਰੇ ਨਾਲ ਆਹ ਵਾਲਾ ਮੁੰਡਾ ਵਾ, ਸਿੱਧਾ ਚੱਲ, ਇੱਕ ਮੈਂ ਜੀ। ਪਹਿਲਾਂ ਤੁਸੀਂ ਕਦੇ ਗਲਤ ਕੰਮ ਕੀਤਾ ਕੋਈ ਜਿਹੜਾ ਤੁਹਾਡੇ ਜ਼ੋਰ ਪਾਇਆ ਉਹਨਾਂ ਨੇ? ਪਹਿਲਾਂ ਕਰਵਾਉਂਦਾ ਰਿਹਾ ਜੀ ਧੱਕੇ ਨਾਲ, ਕਹਿੰਦਾ ਮੈਂ ਤੁਹਾਡੇ ਤੇ ਚਿੱਟਾ ਪਾ ਲਈ ਸੀ। ਜਿਹੜੀ ਤੁਹਾਡੇ ਨਾਲ ਘਟਨਾ ਵਾਪਰੀ ਹੈਗੀ ਹੈ, ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ? ਹਾਂਜੀ, ਮੈਂ ਪਹਿਲਾਂ ਕੀਤੀ ਹੈ ਜੀ, ਮੈਂ ਪਹਿਲਾਂ ਚਿੱਠੀਆਂ ਕੱਢੀਆਂ, ਉਸ ਤੋਂ ਬਾਅਦ ਮੇਰੇ 'ਤੇ ਪਰਚਾ ਹੋ ਗਿਆ ਜੀ। ਕਿੰਨੇ ਜਣੇ ਦਾ ਪਰਚਾ ਹੋਇਆ, ਕਾਹਦਾ ਪਰਚਾ ਹੋਇਆ? ਪਰਚਾ ਉਹਨਾਂ ਨੇ ਸਾਡੇ ਮੁਹੱਲੇ 'ਚ ਆ ਕੇ ਸਾਨੂੰ ਕੁੱਟ ਭੰਨ ਕਰਕੇ ਅਤੇ ਸਾਡੇ 'ਤੇ 387 ਚੋਰੀ ਦਾ ਲੁੱਟ ਖੋਹ ਦਾ ਪਰਚਾ ਕਰਵਾਤਾ। ਹੁਣ ਤੁਸੀਂ ਰੋਸ ਪ੍ਰਦਰਸ਼ਨ ਇੱਥੇ ਕਰ ਰਹੇ ਹੋ, ਕਿਸ ਮੰਗ ਨੂੰ ਲੈ ਕੇ? ਇੱਕ ਸਾਡਾ ਪਰਚਾ ਰੱਦ ਕਰੋ, ਉੱਪਰੋਂ ਸਾਡੀ ਗੱਡੀ ਦਾ ਜਿਹੜਾ ਨੁਕਸਾਨ ਹੋਇਆ ਉਹ ਭਰ, ਜਿਹੜੇ ਦੋਸ਼ੀ ਆ ਉਹਨਾਂ 'ਤੇ ਕਾਰਵਾਈ ਬਣਦੀ ਹੋਵੇ, ਜਿਹੜੀਆਂ ਗੱਡੀਆਂ ਸਾਡੀਆਂ ਉਹ ਵਾਪਸ ਹੋਣ ਗੱਡੀਆਂ। ਇਸ ਮਾਮਲੇ ਬਾਰੇ ਜਦੋਂ DSP ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਲੈ ਗਈ ਹੈ, ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਦੂਜੀ ਪਾਰਟੀ ਨੂੰ ਬੁਲਾਇਆ ਜਾਵੇਗਾ ਅਤੇ ਦੋਵੇਂ ਪਾਸਿਆਂ ਦੀ ਗੱਲ ਸੁਣਨ ਤੋਂ ਮਗਰੋਂ ਉਸ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। SHO ਨੂੰ ਮਿਲਣ ਗਏ ਸੀ ਸਿਟੀ ਸਾਊਥ ਨੂੰ, ਉਹਨਾਂ ਨੇ ਉਹਨਾਂ ਦੀ ਮੰਗ ਇਹ ਸੀ ਕਿ ਸਾਡੇ ਖਿਲਾਫ਼ ਇੱਕ ਪਿਛਲੇ ਦਿਨ ਦੀ ਗੱਡੀ ਭੰਨਣ ਦਾ ਮੁਕਦਮਾ ਦਰਜ ਹੋਇਆ ਅਤੇ ਉਹ ਇਹਨਾਂ ਦਾ ਕਹਿਣਾ ਹੈ ਵੀ ਜੇ ਰਣਜੀਤ ਸਿੰਘ ਨਾਂ ਦਾ ਮੁੰਡਾ ਉਹਦੇ 'ਤੇ ਗਲਤ ਮੁਕਦਮਾ ਦਰਜ ਹੋ ਗਿਆ ਅਤੇ ਉਹ ਹੁਣ ਮੇਰੇ ਕੋਲ ਆਏ ਸੀਗੇ, ਮੇਰੇ ਨਾਲ ਉਹਨਾਂ ਨੇ ਗੱਲ ਵੀ ਕੀਤੀ ਹੈ, ਮੈਨੂੰ ਆਪਣੀ ਦਰਖਾਸਤ ਵੀ ਦੇ ਕੇ ਗਈ ਹੈ, ਮੈਂ ਉਹਦੀ ਪੜਤਾਲ ਕਰਾ ਲੂੰਗਾ, ਜੇ ਇਹਦਾ ਕੋਈ ਰੋਲ ਨਾ ਹੋਇਆ ਤਾਂ ਅਸੀਂ ਉਹਨੂੰ ਠੀਕ ਕਰਾਂਗੇ ਅਤੇ ਜੇ ਇਹਦਾ ਕੋਈ ਰੋਲ ਆਉਂਦਾ ਹੋਇਆ ਤਾਂ ਤੀਸਰਾ ਚੈੱਕ ਕਰ ਲਾਂਗੇ ਫਿਰ ਇਹ ਚਲਾਉਣਗੇ। ਰਣਜੀਤ ਸਿੰਘ ਦਾ ਇਹ ਵੀ ਕਹਿਣਾ ਵੀ ਉਹ ਪਿੰਡੋਂ ਵਾਪਸ ਆ ਰਹੇ ਕਾਰ ਦੇ ਉੱਤੇ, ਉਹਦੇ ਮੂਹਰੇ ਇੱਕ ਗੱਡੀ ਲੱਗ ਗਈ ਨੋਵਾ, ਇੱਕ ਮਗਰ ਲੱਗੀ ਸਕਾਰਪੀਓ, ਉਹਦੇ 'ਚ ਕੁਛ ਬੰਦੇ ਉਤਰੇ, ਮਾਰਕੁੱਟ ਕੀਤੀ, ਹਵਾਈ ਫਾਇਰ ਵੀ ਕੀਤੇ ਔਰ ਗਲਤ ਧੰਦਾ ਕਰਨ ਨੂੰ ਉਹਨੂੰ ਮਜਬੂਰ ਕਰਦੇ, ਇਸ ਕਰਕੇ ਜਿਹੜੀ ਮਾਰਕੁੱਟ ਕੀਤੀ ਗਈ ਹੈ। ਨਹੀਂ, ਗਲਤ ਧੰਦਾ ਕਰਨਾ ਉਹ ਰਣਜੀਤ ਸਿੰਘ ਦਾ ਕੰਮ ਹੈ, ਵੀ ਰਣਜੀਤ ਸਿੰਘ ਕਿਉਂ ਕਰਦਾ ਗਲਤ ਧੰਦਾ,
ਇਹਦੇ ਬਾਰੇ ਮੈਨੂੰ ਸਾਰੀ ਗੱਲ ਦੱਸੀ ਆ ਵੀ ਮੈਂ ਪਿੰਡੋਂ ਆ ਰਿਹਾ ਸੀ, ਮੇਰੀ ਗੱਡੀ ਰੋਕ ਕੇ ਮੇਰੀ ਭੰਨਤੋੜ ਕੀਤੀ ਆ, ਉਹਦੇ ਬਾਰੇ ਮੈਂ ਉਹਨੂੰ ਦਰਖਾਸਤ ਦੇ ਵਿੱਚ ਸਾਰੀ ਗੱਲ ਲਿਖ ਕੇ ਦੇ ਗਿਆ। ਮੈਂ ਉਹਦੀ ਜਿਹੜੀ ਆ ਉਹ 2 ਦਿਨਾਂ ਦੇ ਵਿੱਚ ਪੜਤਾਲ ਕਰਨਾ। ਉਹਨਾਂ ਦਾ ਇਹ ਵੀ ਆਰੋਪ ਲਾਇਆ ਵੀ ਵਿਧਾਇਕ ਦੇ ਕੋਈ ਰਿਸ਼ਤੇਦਾਰ ਸੀ ਜਾਂ ਜਾਣਨ ਪਛਾਣ ਵਾਲੇ ਸੀ ਜਿਨ੍ਹਾਂ ਨੇ ਹਮਲਾ ਕੀਤਾ। ਜਿਹਦੇ ਮਰਜ਼ੀ ਜੋ ਮਰਜ਼ੀ ਚਲਾ ਕੇ ਕਿਸੇ ਖਿਲਾਫ ਕਹਿ ਦੇਵੇ, ਜੋ ਇੱਕ ਤਾਂ ਅਗਲੇ ਨੂੰ ਉਹਨੇ ਦਾ ਗੱਲ ਹੈ ਵੀ ਜੋ ਮਰਜ਼ੀ ਕਿਸੇ ਦੇ ਖਿਲਾਫ ਕਹਿ ਦੇਵੇ। ਪਰ ਕੀ ਕਾਰਨ ਹੈ ਜਿਹੜਾ ਹੈਗਾ ਵਾ, ਉਹਨਾਂ ਵੱਲੋਂ ਤਾਂ ਮਾਮਲਾ ਦਰਜ ਕਰ ਲਿੱਤਾ ਗਿਆ ਰਣਜੀਤ ਸਿੰਘ ਦੇ, ਪਰ ਰਣਜੀਤ ਸਿੰਘ ਦੀ ਵੀ ਗੱਡੀ ਬੰਨੀ ਸੀ, ਇਹਨਾਂ ਨੂੰ ਕੋਈ ਮਾਮਲਾ ਦਰਜ ਨਹੀਂ ਹੋਇਆ ਮੇਰੇ ਕੋਲ। ਹੁਣ ਦਰਖਾਸਤ ਲੈ ਕੇ ਆਇਆ ਮੈਂ, 2 ਦਿਨ ਦਾ ਟਾਈਮ ਦੱਸਿਆ ਵੀ 2 ਦਿਨ ਦੇ ਵਿੱਚ ਇਹਨੂੰ ਅਸੀਂ ਪੂਰੀ ਪੜਤਾਲ ਕਰਕੇ ਜਿਹੜਾ ਅਸੀਂ ਇਹਦੀ ਨਿਰਪੱਖ ਜਾਂਚ ਕਰਾਂਗੇ, ਜੇ ਇਹਦਾ ਕੋਈ ਦੋਸ਼ ਵਿੱਚ ਨਾ ਹੋਇਆ ਤਾਂ ਇਹਨੂੰ ਅਸੀਂ ਇਹ ਕੇਸ ਨੂੰ ਠੀਕ ਕਰਾਂਗੇ, ਅਗਰ ਇਹਦਾ ਕੋਈ ਦੋਸ਼ ਵਿੱਚ ਪਾਇਆ ਜਾਂਦਾ ਤਾਂ ਇਹਦੇ ਖਿਲਾਫ ਜਿਹੜੀ ਕਾਰਵਾਈ। ਸਰ ਰਣਜੀਤ ਸਿੰਘ ਨੇ ਪਹਿਲਾਂ ਵੀ ਐਪਲੀਕੇਸ਼ਨ ਦਿੱਤੀ ਹੋਈ ਹੈ? ਨਹੀਂ, ਮੈਨੂੰ ਨਹੀਂ ਇਹਦੇ ਬਾਰੇ ਪਤਾ, ਹੁਣੇ ਆਇਆ। ਕਿੰਨੇ ਕੁ ਬੰਦੇ ਦੇ ਮਾਮਲਾ ਦਰਜ ਹੋਏ ਰਣਜੀਤ ਸਿੰਘ ਤੋਂ ਇਲਾਵਾ ਹੋਰ ਵੀ ਇਹ ਵਿੱਚ? ਇਹ ਰਣਜੀਤ ਸਿੰਘ ਨੇ ਦੱਸਣ ਮੁਤਾਬਕ ਵੀ ਸਾਡੇ ਦੇ 5 ਜਣਿਆਂ ਦੇ ਮੁਕਦਮਾ ਦਰਜ ਹੋਇਆ, ਅਤੇ ਇਹ ਉਹਨੇ ਆਪਦੀ ਬੇਗਨਾਹੀ ਦੀ ਗੱਲ ਕੀਤੀ ਹੈ, ਅਤੇ ਬਾਕੀ ਅਸੀਂ ਦੂਜਿਆਂ ਦੀ ਵੀ ਅਸੀਂ ਰੋਲ ਪੜਤਾਲ ਕਰਾਂਗੇ ਵੀ ਇਹਦਾ ਕੀ ਰੋਲ ਹੈ। ਇਸ ਮਾਮਲੇ ਵਿੱਚ ਵਿਧਾਇਕ 'ਤੇ ਲੱਗੇ ਆਰੋਪਾਂ ਬਾਰੇ ਜਦੋਂ ਵਿਧਾਇਕ ਡਾਕਟਰ ਹਰਜੋਤ ਕਮਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹਨਾਂ ਨੇ ਕਿਸੇ ਗਲਤ ਬੰਦੇ ਦਾ ਸਾਥ ਦਿੱਤਾ। ਪਹਿਲੀ ਗੱਲ ਤਾਂ ਮੈਨੂੰ ਕਿਸੇ ਨੇ ਆ ਕੇ ਦੱਸਿਆ ਨਹੀਂ ਵੀ ਕੋਈ ਪ੍ਰੋਬਲਮ ਹੋਈ ਹੈ। ਮੈਂ ਪਹਿਲਾਂ ਤਾਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਦੇਖੋ, ਮੇਰੇ ਰਿਸ਼ਤੇਦਾਰ, ਮੇਰੇ ਦੋਸਤ ਵੀ ਆ, ਸਾਰੇ ਇਸ ਸ਼ਹਿਰ 'ਚ ਰਹਿੰਦੇ ਆ, ਕਿਸੇ ਨੂੰ ਵੀ ਕਿਸੇ ਤੋਂ ਕੋਈ ਪ੍ਰੋਬਲਮ ਆ। ਇੱਕ ਵਾਰੀ ਆ ਕੇ ਮੈਨੂੰ ਮਿਲੇ, ਉਸ ਤੋਂ ਬਾਅਦ ਜਿਹੜਾ ਕੋਈ ਧਰਨਾ ਮੁਜ਼ਾਹਰਾ ਜਿਵੇਂ ਤੋਂ ਤਸੱਲੀ ਨਾ ਹੋਵੇ। ਮੈਂ ਇਸ ਗੱਲ ਵਾਸਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਕੋਈ ਪਰਚਾ ਦਰਜ, ਕੋਈ ਕੁੱਟਮਾਰ, ਕੋਈ ਗੱਡੀ ਭੰਨੀ, ਕੋਈ ਵੀ ਪੁਲਿਸ ਅਫਸਰ ਸਹੁੰ ਖਾ ਕੇ ਇਹ ਗੱਲ ਕਹਿ ਦੇਵੇ ਵੀ ਮੈਂ ਕਿਸੇ ਨੂੰ ਫੋਨ ਕੀਤਾ ਹੋਵੇ, ਮੇਰੇ ਦਫ਼ਤਰੋਂ ਕਿਸੇ ਨੇ ਫੋਨ ਕੀਤਾ ਹੋਵੇ, ਮੇਰੇ ਕਿਸੇ ਭੈਣ ਭਰਾ ਨੇ ਫੋਨ ਕੀਤਾ ਹੋਵੇ ਕਿਸੇ 'ਤੇ ਪਰਚਾ ਦਰਜ ਕਰਨ ਨੂੰ, ਜਾਂ ਕਿਸੇ 'ਤੇ ਹੁੰਦਾ ਪਰਚਾ ਰੋਕਣ ਨੂੰ, ਉਹਦਾ ਤਾਂ ਮੈਂ ਜ਼ਿੰਮੇਵਾਰ ਹਾਂ। ਬਾਹਰ ਤੁਹਾਨੂੰ ਕੋਈ ਵੀ ਕਹਿ ਦੇਵੇ ਵੀ MLA ਨੇ ਕਰਾਇਆ ਅਤੇ ਉੱਥੇ ਤੁਸੀਂ ਰੋਸ ਧਰਨਾ ਚੌਂਕ 'ਚ ਬਹਿ ਜਾਓ, ਇਹ ਫੇਅਰ ਨਹੀਂ ਹੈਗਾ। ਜਿਹੜੇ ਵੀ ਬੰਦੇ ਆ, ਮੈਂ ਉਹ ਬੰਦੇ ਜਾਂ ਤਾਂ ਮੈਨੂੰ ਸਿਰਫ ਰੌਲਾ ਪਾ ਕੇ ਬਦਨਾਮ ਕਰਨਾ ਚਾਹੁੰਦੇ ਆ, ਮੈਂ ਇਸ ਚੀਜ਼ ਨੂੰ ਸਟਰੋਂਗਲੀ ਕੰਡੈਮ ਕਰਦਾ। ਔਰ ਇੱਕ ਵਾਰੀ ਵੀ ਮੈਨੂੰ ਕਿਸੇ ਨੇ ਮਿਲਣ ਦੀ ਹਿਮਾਕਤ ਨਹੀਂ ਕੀਤੀ। ਮੈਂ ਇੱਥੇ ਹੀ ਹਾਂ ਸ਼ਹਿਰ 'ਚ, ਅੱਜ ਵੀ ਮੈਂ ਸਵੇਰੇ 9 ਵਜੇ ਤੋਂ ਲੈ ਕੇ ਫੰਕਸ਼ਨਾਂ ਦੇ ਉੱਤੇ ਹਾਂ, ਅਤੇ ਮੈਂ ਸਾਰਿਆਂ ਨੂੰ ਫਿਰ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ, ਜੇ ਕੋਈ ਇੱਦਾਂ ਦੀ ਗੱਲ ਆ ਮੈਨੂੰ ਇੱਕ ਵਾਰੀ ਦੱਸ ਦੇ ਤਾਂ ਸਹੀ, ਜਾਂ ਤੁਸੀਂ ਜਾ ਕੇ ਪੁੱਛੋ ਪੁਲਿਸ ਨੂੰ ਵੀ ਜੇ ਕੋਈ ਪਰਚਾ ਹੋਇਆ, ਐਕਸਾਈਜ਼ ਵਾਲਿਆਂ ਨੇ ਦਵਾਇਆ ਹੋਊਗਾ ਸ਼ਰਾਬ ਦਾ, ਜੇ ਪਰਚਾ ਕੁੱਟਮਾਰ ਦਾ ਪਰਚਾ ਆ, ਉੱਥੇ ਮੇਰੀ ਜੇ ਕੋਈ ਸ਼ਮੂਲੀਅਤ ਆ ਤਾਂ ਉਹਦੇ 'ਚ ਮੈਂ ਜ਼ਿੰਮੇਵਾਰ ਹਾਂ। ਮੇਰੇ ਦਫ਼ਤਰ ਦੇ ਕਿਸੇ ਵੀ ਬੰਦੇ ਦੀ ਵੀ ਸ਼ਮੂਲੀਅਤ ਆ ਤਾਂ ਵੀ ਮੈਂ ਜ਼ਿੰਮੇਵਾਰ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।